ਗਰਸ਼ੰਕਰ ਦੇ ਪਿੰਡ ਦੋਨੇਵਾਲ ਖੁਰਦ ਦੇ ਨਾਲ ਲੱਗਦੀ ਬਸਤੀ ਸੈਂਸੀਆਂ ਦੇ ਕਾਂਗਰਸੀ ਸਰਪੰਚ ਜਤਿੰਦਰ ਜੋਤੀ ਜੋ ਕਿ ਪਿੰਡ ਦਾ ਨੰਬਰਦਾਰ ਵੀ ਹੈ ਨੇ BDPO ਗਰਸ਼ੰਕਰ ਉੱਪਰ ਰਿਸ਼ਵਤ ਲੈਣ ਦੇ ਦੋਸ਼ ਲਗਾਏ ਨੇ ਜਦਕਿ ਵਿਭਾਗ ਦੇ ਜਈ ਤੇ ਗਾਲੀ ਗਲੋਚ ਕਰਨ ਅਤੇ ਪੰਚਾਇਤ ਦਾ ਕੰਮ ਨਾ ਕਰਨ ਦੇ ਵੀ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸਰਪੰਚ ਜਤਿੰਦਰ ਜੋਤੀ ਨੇ ਦੱਸਿਆ ਕਿ ਉਹ ਮਿਤੀ 4 ਮਾਰਚ 2020 ਨੂੰ BDPO ਦਫ਼ਤਰ ਵਿਖੇ ਪੰਚਾਇਤ ਦਾ ਕੋਰਮ ਸੰਬੰਧੀ ਰਜਿਸਟਰਡ ਵਿੱਚ ਮਤਾ ਪਵਾਉਣ ਲਈ ਗਏ ਸਨ ਤਾਂ BDPO ਨੇ ਕਿਹਾ ਕਿ ਰਜਿਸਟਰਡ ਦਾ ਕੋਰਮ ਤਾਂ ਪੂਰਾ ਹੋ ਗਿਆ ਹੈ ਅਤੇ ਜੇਕਰ ਕੋਰਮ ਰਜਿਸਟਰ ਵਿੱਚ ਮਨਜ਼ੂਰ ਕਰਵਾਉਣਾ ਹੈ ਤਾਂ 15,000 ਰੁਪਏ ਲੱਗਣਗੇ ਅਤੇ ਇਹ ਵੀ ਕਿਹਾ ਕਿ ਇਹ DC ਤੋਂ ਬਗੈਰ ਹੈ ਅਤੇ ਵਿਜੇ ਕੁਮਾਰ ਦੀ ਮੌਜੂਦਗੀ ਵਿੱਚ 15,000 ਰੁਪਏ ਲਏ ਅਤੇ ਹੁਣ ਜਦੋਂ ਉਹ BDPO ਦਫ਼ਤਰ ਵਿਖੇ ਕਿਸੇ ਵੀ ਕੰਮ ਲਈ ਜਾਂਦੇ ਹਨ ਤਾਂ BDPO ਵੱਲੋਂ ਉਹਨਾਂ ਕੋਲੋਂ ਹੋਰ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਅਤੇ ਜਦੋਂ ਉਹ ਇਨਕਾਰ ਕਰਦੇ ਹਨ ਤਾਂ ਪਿੰਡ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ। ਸਰਪੰਚ ਜਤਿੰਦਰ ਜੋਤੀ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਸ਼ਿਕਾਇਤ ਭੇਜੀ ਹੈ। ਅੱਜ ਤੋਂ 1 ਸਾਲ ਪਹਿਲਾਂ ਜਦੋਂ ਇਲੈਕਸ਼ਨ ਹੋਇਆ ਸੀ ਪੰਚਾਇਤ ਦਾ ਸਾਡਾ ਫੋਰਮ ਨਹੀਂ ਸੀ ਪੂਰਾ, 3 ਪੰਚ ਅਲੱਗ ਸੀਗੇ, 3 ਪੰਚ ਮੇਰੇ, 2 ਪੰਚ ਮੇਰੇ ਨਾਲ ਸੀ, 3 ਇੱਕ ਪਾਸੇ ਸੀਗੇ, ਸਾਡੀ 6 ਮੈਂਬਰੀ ਪੰਚਾਇਤ ਆ ਅਤੇ ਆ ਹੁਣ 3ਜੇ ਮਹੀਨੇ ਦੀ 4 ਤਰੀਕ ਨੂੰ ਸਾਡਾ ਫੋਰਮ ਪੂਰਾ ਹੋਇਆ, 1 ਮੈਂਬਰ ਪੰਚਾਇਤ ਸਾਡੇ ਨਾਲ ਬਿਸ਼ਨ ਚੰਦ ਰਲ ਗਿਆ। ਉਸ ਤੋਂ ਬਾਅਦ BDO ਦਫ਼ਤਰ ਆਏ ਅਸੀਂ, ਇਹ BDO ਸਾਹਿਬ ਮਨਜਿੰਦਰ ਕੌਰ ਮੈਡਮ ਨੇ ਕਿਹਾ, ਕਹਿੰਦੀ ਵੀ ਮੈਨੂੰ ਉੱਪਰ ਬੁਖਾਰ ਪਈ ਆ ਅਤੇ ਮੈਨੂੰ ਪੈਸੇ ਚਾਹੀਦੇ ਆ 20,000 ਰੁਪਇਆ, ਅਤੇ ਮੈਂ ਕਿਹਾ ਵੀ ਚਲੋ 20 ਤਾਂ ਨਹੀਂ ਆ, ਮੈਂ ਤੁਹਾਨੂੰ 15,000 ਰੁਪਇਆ ਦੇ ਦਿੰਦਾ। 15,000 ਰੁਪਇਆ ਮੈਂ ਉਹਨੂੰ ਦਿੱਤਾ। ਉਸ ਤੋਂ ਬਾਅਦ ਫੋਨ ਦੁਬਾਰਾ ਮੇਰੇ ਨਾਲ ਉਸ ਵੇਲੇ ਵਿਜੇ ਕੁਮਾਰ ਸਗਾ ਮੇਟ, ਹੁਣ ਦੁਬਾਰਾ ਜਦੋਂ ਵੀ ਕਿਸੇ ਕੰਮ ਨੂੰ ਵੀ ਜਾਂਦੇ ਹਾਂ, ਹੁਣ ਸਾਡੇ ਆ ਕੰਮ ਚੱਲਦਾ ਸੀ ਗਲੀਆਂ ਨਾਲੀਆਂ ਦਾ, ਅਤੇ ਮਦਨ ਲਾਲ JE ਆ ਜਿਹੜਾ, ਉਹਨੂੰ ਮੈਂ ਮਿਣਤੀ ਦੇ 3-4 ਵਾਰੀ ਕਿਹਾ, ਰਾਮ ਲਾਲ ਸੈਕਟਰੀ ਸੀ ਮੇਰਾ, ਉਹਨੂੰ ਮੈਂ ਕਿਹਾ, ਪਰ ਉਹ ਕੋਈ ਨਹੀਂ ਮਿਣਤੀ ਕਰਨ ਆਇਆ। ਹਜੇ ਪੇਮੈਂਟਾਂ ਜਿਹੜੀਆਂ ਲੋਕਾਂ ਦੀਆਂ ਆ, ਇੱਟਾਂ ਦੀਆਂ, ਇੰਟਰਲੋਕਾਂ ਦੀਆਂ, ਆਪਣੇ ਰੇਤੇ ਬਜਰੀ ਦੀਆਂ, ਸੀਮੈਂਟ ਦੀਆਂ, ਉਹ ਸਾਰੀਆਂ ਪੇਮੈਂਟਾਂ ਹਜੇ ਰਹਿੰਦੀਆਂ ਆ, ਇਹ ਮਿਣਤੀ ਕਰਨ ਨਹੀਂ ਆਉਂਦੇ। ਇਹ ਇੱਥੇ ਸਾਡੇ ਇੱਕ ਬੀਬੀ ਆ ਜਿਹਨੂੰ ਨਵੀਸ਼ਾ ਮਹਿਤਾ ਕਹਿੰਦੇ ਆ, ਇਹ ਉਹਦੇ ਮਗਰ ਲੱਗ ਕੇ ਇਹ ਸਾਡਾ ਪਿੰਡ ਦਾ ਜਿਹੜਾ ਵਿਕਾਸ ਦਾ ਕੰਮ ਆ ਉਹ ਰੁਕਵਾਉਂਦੇ ਆ, ਅਤੇ ਸਾਡੀ ਇੱਥੇ ਕੋਈ ਪੁੱਛ ਗਿੱਛ ਨਹੀਂ ਕਰਨੀ ਕਰਦੇ। ਮੈਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਇੱਕ ਐਸੀ ਸਰਪੰਚ ਹਾਂ, ਜੇ ਸਾਡੇ ਪਿੰਡ ਦਾ ਵਿਕਾਸ ਸਰਕਾਰ ਨੇ ਪੈਸੇ ਦਿੱਤੇ ਆ, ਵਿਕਾਸ ਕਰਾਉਂਦੇ ਹਾਂ, ਤਾਂ ਇਹ ਜਿਹੜੇ ਅਫਸਰ ਆ ਇਹ ਹੋਣ ਨਹੀਂ ਦਿੰਦੇ, ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਧਰ ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ BDPO ਗਰਸ਼ੰਕਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ, ਜਦਕਿ ਇਸ ਸੰਬੰਧੀ BDPO ਦਫ਼ਤਰ ਦੇ JE ਮਦਨ ਲਾਲ ਨੇ ਵੀ ਸਰਪੰਚ ਜਤਿੰਦਰ ਜੋਤੀ ਵੱਲੋਂ ਲਗਾਏ ਦੋਸ਼ਾਂ ਨੂੰ ਗਲਤ ਦੱਸਿਆ ਹੈ। ਜੋਤੀ ਸਰਪੰਚ ਵੱਲੋਂ ਜਿਹੜੇ ਵੀ ਹਲਫੀਆ ਬਿਆਨ ਦਿੱਤਾ ਗਿਆ ਸਰਾਸਰ ਝੂਠਾ ਹੈ। ਇਹ 5-6 ਮਹੀਨੇ ਪਹਿਲਾਂ ਦੀ ਗੱਲ ਕਰ ਰਿਹਾ, ਜਦਕਿ ਇਹ ਮੇਰੇ ਕੋਲ ਕਦੀ ਆਇਆ ਵੀ ਨਹੀਂ ਹੈਗਾ, ਨਾ ਹੀ ਇਹਨੇ ਮੈਨੂੰ ਕਦੀ ਕੋਈ ਪੈਸੇ ਦੀ ਡਿਮਾਂਡ ਨਾ ਮੈਂ ਇਹਨੂੰ ਕੀਤੀ ਹੈ ਅਤੇ ਨਾ ਇਹਨੇ ਮੈਨੂੰ ਕੋਈ ਦਿੱਤਾ ਹੈ ਪੈਸਾ। ਜਿਹੜਾ ਹਲਫੀਆ ਬਿਆਨ ਦੀ ਗੱਲ ਕਰਦਾ ਉਹ ਸਰਾਸਰ ਝੂਠ ਆ, ਅਤੇ ਜਿਹੜੇ ਵੀ ਇਨਕੁਆਇਰੀ ਸਾਨੂੰ ADC ਆਫਿਸ ਵੱਲੋਂ ਮਾਰਕ ਹੋ ਕੇ ਆਈ ਆ, ਉਹ ਅਸੀਂ ਕਾਇਦੇ ਕਾਨੂੰਨ ਦੇ ਅੰਦਰ ਰਹਿ ਕੇ ਉਹਦੀ ਜਿਹੜੀ ਇਨਕੁਆਇਰੀ ਉਹ ਕਰ ਰਹੇ ਹਾਂ, ਪਰ ਇਹ ਸਾਨੂੰ ਸਰਪੰਚ ਵੱਲੋਂ ਕੋਈ ਵੀ ਸਹਿਯੋਗ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਜਿਹੜੀ ਇਹਦੀ ਪਿੰਡ ਦੀ ਜੋ ਵੀ ਇਨਕੁਆਇਰੀ ਹੈ, ਜੋ ਵੀ ਸ਼ਿਕਾਇਤਾਂ ਹੈ, ਉਹ ਉਹਨਾਂ ਦੀ ਪੜਤਾਲ ਜਿਹੜੀ ਕਰਨੀ ਨਾ ਸੰਭਵ ਹੈ। ਇਸ ਕਰਕੇ ਜਿਹੜੇ ਵੀ ਦੋਸ਼ ਲਗਾ ਰਹੇ ਉਹ ਸਰਾਸਰ ਝੂਠ ਹੈਗੇ,